ਸਤਿ ਸ਼੍ਰੀ ਅਕਾਲ ਜੀ। ਸੋ ਖੁਸ਼ੀ ਦੇ ਪਲ ਜਿਨ੍ਹਾਂ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਮਲੋਟ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਸੀ ਕਿ 10 ਤਰੀਕ ਵਾਲੇ ਦਿਨ ਮਲੋਟ ਦੇ ਵਿੱਚ ਮੇਲਾ ਲੱਗ ਜਾਣਾ ਹੈ, ਮੇਲੇ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਜਾਣੀ ਹੈ। ਸੋ ਮੇਲੇ ਦੇ ਵਿੱਚ ਖੜੇ ਹੋਏ ਆ ਸਾਡੇ ਨਾਲ ਮੈਡਮ ਹੈਪੀ ਸਿੰਗਲਾ ਜੀ ਫਿਰ ਤੋਂ ਨੇ। ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਇੱਕ ਵਾਰ ਕੈਮਰਾ ਜੋ ਹੈ ਉਹ ਮੇਰੇ ਤੋਂ ਹਟਾ ਕੇ ਮੇਲੇ ਵੱਲ ਨੂੰ ਘੁਮਾਇਆ ਜਾਵੇ। ਮੇਲੇ ਦੇ ਵਿੱਚ ਇਸ ਵੇਲੇ ਕੀ ਕੁਝ ਹੈ, ਕਿਸ ਤਰ੍ਹਾਂ ਦਾ ਮਾਹੌਲ ਹੈ, ਥੋੜਾ ਜਿਹਾ ਗੌਰ ਨਾਲ ਦੇਖੋ ਕਿ ਮਲੋਟ ਵਾਸੀ ਇਸ ਵੇਲੇ ਕਿਸ ਤਰ੍ਹਾਂ ਖੁਸ਼ੀ ਦੇ ਵਿੱਚ ਆਨੰਦ ਲੈ ਰਹੇ ਹਨ। ਸੋ ਤੁਹਾਨੂੰ ਵੀ ਸੱਦਾ ਹੈ ਮਲੋਟ ਵਾਸੀਆਂ ਨੂੰ, ਸਭ ਮਲੋਟ ਦੇ ਨਜ਼ਦੀਕ ਜਿੰਨੇ ਵੀ ਸ਼ਹਿਰ ਨੇ ਪਿੰਡ ਨੇ ਸਭ ਨੂੰ ਦਿਲੋਂ ਇਹ ਸੱਦਾ ਦਿੱਤਾ ਜਾ ਰਿਹਾ ਹੈ ਕਿ ਮਲੋਟ ਦੇ ਵਿੱਚ ਲੱਗੇ ਮੇਲੇ ਦਾ ਹਿੱਸਾ ਬਣੋ, ਆਪਣੇ ਪਰਿਵਾਰ ਨੂੰ ਲੈ ਕੇ ਆਓ, ਦੋਸਤ ਮਿੱਤਰਾਂ ਨੂੰ ਲੈ ਕੇ ਆਓ, ਹਰੇਕ ਨੂੰ ਮੇਲੇ ਦੇ ਵਿੱਚ ਲੈ ਕੇ ਆਉਣ ਦੇ ਲਈ ਸੱਦਾ ਦਿਓ, ਤਾਂ ਜੋ ਕੀ ਆ ਤੁਸੀਂ ਤੁਹਾਡੇ ਪਰਿਵਾਰ ਜਿਹੜੇ ਉਹ ਮੇਲੇ ਦੇ ਵਿੱਚ ਮਲੋਟ ਦੀ ਸ਼ਾਨ ਬਣ ਸਕੋ, ਮਲੋਟ ਦੇ ਵਿੱਚ ਇਸ ਮੇਲੇ ਦੀ ਸ਼ਾਨ ਬਣ ਸਕੋ। ਸੋ ਗੱਲ ਕਰਦੇ ਹਾਂ ਮੈਡਮ ਹੈਪੀ ਸਿੰਗਲਾ ਜੀ ਨਾਲ, ਆਰਗੇਨਾਈਜ਼ਰ ਨੇ ਜੋ ਇਸ ਮੇਲੇ ਦੇ। ਸੋ ਇੱਕ ਬੇਨਤੀ ਮੈਂ ਵੀ ਕਰੂੰਗਾ ਮਲੋਟ ਵਾਸੀ ਹੋਣ ਦੇ ਨਾਤੇ, ਕਿਉਂ ਜੋ ਆਪਣੇ ਪਰਿਵਾਰ ਦੇ ਵਿੱਚ ਇਹ ਮੇਲਾ ਜਿਹੜਾ ਲੱਗਿਆ ਹੈ ਇਹ ਖੁਸ਼ੀ ਦੇ ਪਲ ਹੈ, ਆਪਾਂ ਜੋ ਆਪਣੇ ਪਰਿਵਾਰ ਦੇ ਨਾਲ ਬਿਤਾਉਣੇ ਨੇ, ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਮੇਰੇ ਵੱਲੋਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਡਮ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਜੀ। ਤੁਸੀਂ ਇਸ ਮੇਲੇ ਦੇ ਵਿੱਚ ਪਹੁੰਚੇ ਹੋ, ਇਸ ਦੀ ਕਵਰਿੰਗ ਕਰ ਰਹੇ ਹੋ, ਦਿਖਾ ਰਹੇ ਹੋ, ਤਾਂ ਮਲੋਟ ਵਾਸੀਆਂ ਲਈ ਬਹੁਤ ਵੱਡੀ ਮਤਲਬ ਇਹ ਜੋ ਖੁਸ਼ੀ ਦੇ ਪਲ ਨੇ ਜੋ ਤੁਸੀਂ ਇੰਜੋਏ ਕਰ ਸਕਦੇ ਹੋ। ਅੱਜ ਤੋਂ ਇਹ ਮੇਲਾ ਹੈ ਉਹ ਸ਼ੁਰੂ ਹੋ ਚੁੱਕਿਆ, ਲਗਭਗ 28 ਦਿਨ ਇਹ ਮੇਲਾ ਚੱਲੇਗਾ। ਅੱਜ ਜੋ ਟਿਕਟ ਹੈ ਉਹ ਬਿਲਕੁਲ ਫ੍ਰੀ ਰੱਖੀ ਗਈ ਹੈ, ਕੱਲ ਤੋਂ ਟਿਕਟ ਹੈ ਉਹ ਸ਼ੁਰੂ ਹੋ ਜਾਵੇਗੀ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਪਹਿਲਾਂ ਵਾਲੇ ਲਾਈਵ ਵਿੱਚ ਦੱਸਿਆ ਸੀ ਕਿ 8 ਵੱਡੇ ਝੂਲੇ ਨੇ, 8 ਛੋਟੇ ਝੂਲੇ ਨੇ, ਸਟਾਲਾਂ ਤੁਸੀਂ ਦੇਖ ਰਹੇ ਹੋ ਖੁੱਲ ਚੁੱਕੀਆਂ ਨੇ, ਲੱਗ ਰਹੀਆਂ ਨੇ ਸਟਾਲਾਂ, ਅਤੇ ਜੋ ਬੱਚਿਆਂ ਦਾ ਫੇਵਰਟ ਹੁੰਦਾ ਹੈ ਕੈਮਲ ਰਾਈਡ ਹੈ ਉਹ ਵੀ ਇੱਥੇ ਮੌਜੂਦ ਹੈ। ਖਾਣ ਪੀਣ ਦੀਆਂ ਸਟਾਲਾਂ ਨੇ ਇੱਥੇ ਲੱਗ ਚੁੱਕੀਆਂ ਨੇ। 28 ਦਿਨ ਤੁਸੀਂ ਆਪਣੇ ਪਰਿਵਾਰ ਦੇ ਨਾਲ ਵਧੀਆ ਇੱਥੇ ਇੰਜੋਏ ਕਰ ਸਕਦੇ ਹੋ। ਵੇਖ ਸਕਦੇ ਹੋ ਕਿ ਮੇਰੇ ਵੀਰ ਪਹੁੰਚੇ ਹੋਏ ਨੇ, ਮੇਰੀਆਂ ਭੈਣਾਂ ਪਹੁੰਚੀਆਂ ਹੋਈਆਂ ਨੇ ਜੋ ਕਿ ਇੰਜੋਏ ਕਰ ਰਹੀਆਂ ਨੇ। ਅਤੇ ਜੋ ਰਾਮ ਕੁਮਾਰ ਜੋ ਅੱਜ ਦਾ ਟਾਈਮ ਹੈ ਨਾ, ਜਿਵੇਂ ਕਿ ਦੇਖੋ ਆਪਾਂ ਫੋਨਾਂ ਦੇ ਵਿੱਚ ਬਿਜ਼ੀ, ਆਪਣੇ ਆਪ ਨੂੰ ਬਿਜ਼ੀ ਕਰ ਰੱਖਿਆ ਹੈ ਨਾ, ਇੱਕ ਆਪਾਂ ਮੋਬਾਈਲ ਨੈਟਵਰਕ ਦੀ ਦੁਨੀਆ ਦੇ ਵਿੱਚ ਆ, ਉਸ ਤੋਂ ਤੁਸੀਂ ਛੁਟਕਾਰਾ ਪਾ ਕੇ ਇਸ ਦੇ ਵਿੱਚ ਆ ਸਕਦੇ ਹੋ, ਆਪਣੇ ਪਰਿਵਾਰ ਦੇ ਨਾਲ ਪਲ ਨੇ ਉਹ ਬਤੀਤ ਕਰ ਸਕਦੇ ਹੋ। ਅਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਵੀਰ ਇਸ ਮੇਲੇ ਵਿੱਚ ਆਪਣੀ ਸਟਾਲ ਲਗਾਉਣਾ ਚਾਹੁੰਦਾ, ਕਿਸੇ ਨੂੰ ਕੋਈ ਜੋਬ ਦੀ ਜ਼ਰੂਰਤ ਹੈ ਜਾਂ ਕੋਈ ਫਲੈਕਸ ਪੰਪਲੇਟ ਐਡ ਹੈ, ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਨੰਬਰ ਨੇ ਉਹ ਮੇਰੇ ਰਾਜੇਸ਼ ਵੀਰ ਦੱਸਣਗੇ, ਇਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ 9034026162। ਇਸ ਨੰਬਰ ਤੇ ਆਪ ਕਾਲ ਕਰਕੇ ਜੋ ਵੀ ਕਾਮ ਹੋ, ਸਟੋਲ ਹੋ, ਉਸਕੇ ਬਾਰੇ ਮੇਂ ਪੁੱਛ ਸਕਤੇ ਹੋ। ਇੱਕ ਵਾਰੀ ਫਿਰ ਨੰਬਰ ਦੁਬਾਰਾ ਇੱਕ ਵਾਰੀ ਫੇਰ ਦੱਸ ਦੋ ਮੇਰੇ 9034026162। ਠੀਕ ਆ, ਜੇ ਤੁਸੀਂ ਪੂਰੀ ਤਰ੍ਹਾਂ ਆਡੀਬਲ ਹੋ ਤਾਂ ਤੁਸੀਂ ਅੱਛੀ ਗੱਲ ਹੈ ਨਾ, ਤੇ ਜੇਕਰ ਨਹੀਂ ਸੁਣ ਪਾ ਰਹੇ ਤਾਂ ਅਸੀਂ ਕਮੈਂਟ ਦੇ ਵਿੱਚ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਹੈ ਉਸ ਨੂੰ ਪਿਨ ਕਰ ਦੇਵਾਂਗੇ, ਤੁਹਾਡੇ ਲਈ ਈਜ਼ੀ ਹੋ ਜਾਏਗਾ ਕਿ ਤੁਸੀਂ ਮੋਬਾਈਲ ਨੰਬਰ ਦੇ ਨਾਲ ਇਹਨਾਂ ਸੰਪਰਕ ਸਾਧ ਸਕਦੇ ਹੋ। ਜੀ ਮੈਮ, ਕੀ ਕੁਝ ਜਿਹੜਾ ਇਹ ਸਟਾਲਸ ਜਿਹੜੀਆਂ ਲੱਗੀਆਂ ਨੇ, ਲਾਈਕ ਝੂਲੇ ਜਿਵੇਂ ਤੁਸੀਂ ਦੱਸ ਦਿੱਤਾ, ਜਿਹੜੀਆਂ ਸਟਾਲਸ ਨੇ ਕਿਸ ਤਰ੍ਹਾਂ ਦੀਆਂ ਲੱਗੀਆਂ ਨੇ, ਕੀ ਕੁਝ ਸਮਾਨ ਹੋਣ ਤੱਕ ਜਿਹੜੀ ਤਿਆਰੀ ਹੋਣ ਤੱਕ ਕਿੰਨੀ ਹੋ ਚੁੱਕੀ? ਹਾਂਜੀ, ਅਗਰ ਸਟਾਲਾਂ ਦੀ ਗੱਲ ਕਰੀਏ ਤਾਂ ਸਟਾਲਾਂ ਕੰਪਲੀਟ ਸਾਰੀਆਂ 5 ਸਟਾਲਾਂ ਨੇ ਆ ਚੁੱਕੀਆਂ ਨੇ। ਜਿਵੇਂ ਕ੍ਰੋਕਰੀ ਦਾ ਸਮਾਨ ਹੈ ਉਹ ਖੁੱਲ ਰਿਹਾ, ਲੇਡੀਜ਼ ਮੇਕਅਪ ਜਵੈਲਰੀ ਦਾ ਸਮਾਨ ਹੈ ਉਹ ਖੁੱਲ ਚੁੱਕਿਆ, ਅਤੇ ਇਸ ਦੇ ਨਾਲ ਖਾਣ ਪੀਣ ਦੀਆਂ ਜੋ ਸਟਾਲ ਨੇ ਉਹ ਵੀ ਖੁੱਲ ਚੁੱਕੀਆਂ ਨੇ। ਜੋ ਕੱਪੜਾ ਹੈ, ਕੱਪੜੇ ਦੀਆਂ ਸਟਾਲਾਂ ਖੁੱਲ ਰਹੀਆਂ ਨੇ, ਕੱਲ ਤੋਂ ਸਾਰੀਆਂ ਸਟਾਲਾਂ ਨੇ ਉਹ ਚਾਲੂ ਹੋ ਜਾਣ। ਮੈਡਮ, ਆਪਾਂ ਪਹਿਲੇ ਦਿਨ ਸੀ ਆਪਣਾ, ਔਰ ਤੁਸੀਂ ਇੱਕ ਬੜੀ ਵੱਡੀ
ਜਿਹੜੀ ਸੁਗਾਤ ਸੀ ਉਹ ਮਲੋਟ ਵਾਸੀਆਂ ਲਈ ਦੇ ਦਿੱਤੀ ਗਈ, ਅੱਜ ਦੇ ਲਈ ਟਿਕਟ ਮੁਫ਼ਤ ਕਰ ਦਿੱਤੀ ਹੈ। ਜੀ ਜੀ ਬਿਲਕੁਲ ਜੀ, ਅੱਜ ਬਿਲਕੁਲ ਐਂਟਰੀ ਫ੍ਰੀ ਹੈ, ਟਿਕਟ ਅੱਜ ਬਿਲਕੁਲ ਫ੍ਰੀ ਹੈ, ਕੋਈ ਪੈਸਾ ਨਹੀਂ ਹੈ। ਹਾਂ, ਜੋ ਝੂਲਿਆਂ ਦੀ ਕੀਮਤ ਹੈ ਉਹ ਤੁਹਾਨੂੰ ਦੇਣੀ ਪਵੇਗੀ, ਅਤੇ ਮੈਨੂੰ ਇੰਨਾ ਲੱਗ ਰਿਹਾ ਵੀ ਆਪਣੇ ਸ਼ਹਿਰ ਦੇ ਵਿੱਚ ਆਈ ਹੈ, ਸ਼ਹਿਰ ਵਾਸੀਆਂ ਦਾ ਮੈਨੂੰ ਪੂਰਾ ਪਿਆਰ ਮਿਲੂਗਾ, ਪੂਰਾ ਸਹਿਯੋਗ ਮਿਲੂਗਾ ਜੀ। ਜੇ ਤੁਸੀਂ ਬੇਨਤੀ ਕਰੋ ਤਾਂ। ਹਾਂਜੀ, ਬਸ ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਜੀ, ਜ਼ਿਆਦਾ ਤੋਂ ਜ਼ਿਆਦਾ ਇਸ ਮੇਲੇ ਵਿੱਚ ਪਹੁੰਚੋ। ਦੇਖੋ, ਜੋ ਬਾਹਰ ਤੋਂ ਜਿਵੇਂ ਕਿ ਰੋਹਤਕ ਤੋਂ ਮੇਰੇ ਰਾਜੇਸ਼ ਵੀਰ ਮੇਰੇ ਨਾਲ ਆਏ ਨੇ, ਆਜ਼ਾਦ ਵੀਰ ਨੇ, ਬਹੁਤ ਲੰਬੇ ਲੰਬੇ ਸਫ਼ਰ ਅਸੀਂ ਤੈਅ ਕਰਕੇ ਇਹਨਾਂ ਮੇਲਿਆਂ ਨੂੰ ਲਗਾਉਂਦੇ ਹਾਂ। ਲੇਕਿਨ ਇੱਕ ਨਾ ਰਾਮ ਕੋ, ਇੱਕ ਮੈਂ ਰਿਕੁਐਸਟ ਕਰਨਾ ਚਾਹੁੰਦੀ ਹਾਂ ਵੀ ਜਦੋਂ ਅਸੀਂ ਇਹ ਮੇਲੇ ਲਗਾਉਂਦੇ ਹਾਂ ਸਾਨੂੰ ਬਹੁਤ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਅਸੀਂ ਸ਼ਿਕਾਰ ਹੁੰਦੇ ਹਾਂ ਬਲੈਕਮੇਲਿੰਗ ਦੇ। ਪਲੀਜ਼ ਇਸ ਤਰੀਕੇ ਨਾਲ ਨਾ ਸੋਚੋ, ਜੋ ਵੀ ਪ੍ਰਵਾਸੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੁਹਾਡੀ ਜਗ੍ਹਾ ਤੇ ਆਉਂਦਾ ਉਸਦੀ ਪੂਰੀ ਸਪੋਰਟ ਕਰੋ, ਕਿਉਂਕਿ ਇਹ ਛੋਟਾ ਜਿਹਾ ਇਵੈਂਟ, ਅਸੀਂ ਛੋਟਾ ਜਿਹਾ ਇਵੈਂਟ ਹੀ ਕਵਾਂਗੇ, ਆਪਣੇ ਇਵੈਂਟ ਨੂੰ ਵੱਡਾ ਨਹੀਂ ਕਵਾਂਗੇ। ਛੋਟੇ ਜਿਹੇ ਇਵੈਂਟ ਲਈ ਬਹੁਤ ਖਰਚਾ, ਬਹੁਤ ਸਟਰਗਲ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਲੀਜ਼ ਸਾਥ ਦਿਓ। ਮੈਂ ਤਾਂ ਤੁਹਾਡੇ ਮਲੋਟ ਦੀ ਬੇਟੀ ਹਾਂ, ਤੁਹਾਡੇ ਸ਼ਹਿਰ ਦੀ ਬੇਟੀ ਹਾਂ, ਇੱਥੋਂ ਦੀ ਮੈਂ ਚੰਪਾ ਲਾਂ, ਸਹਿਯੋਗ ਕਰੋ, ਬਸ ਇਹੀ ਕਹਿਣਾ ਚਾਹੁੰਦਾ। ਕਿ ਬਾਕੀ ਮੇਰੇ ਵੀਰ ਪਹੁੰਚੇ ਹੋਏ ਨੇ ਇੱਥੇ, ਇਹਨਾਂ ਨਾਲ ਗੱਲਬਾਤ ਕਰੋ, ਇਹਨਾਂ ਨੂੰ ਕਿਵੇਂ ਲੱਗ ਰਿਹਾ ਜੀ। ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਬਾਈ, ਜਿੰਨਾ ਵੱਧ ਤੋਂ ਵੱਧ। ਇਹ ਨੀ ਗਾ ਵੀ ਇਹ ਪ੍ਰਵਾਸੀ ਹੈ, ਇਹਨਾਂ ਨੂੰ ਬਹੁਤ ਸਹਿਯੋਗ ਹੁੰਦੇ ਜਾ ਰਹੇ ਆ। ਫੈਮਿਲੀ ਆ ਜੀ, ਬੱਚੇ ਮੇਰੇ ਨਾਲ ਆ, ਵਾਈਫ ਆ, ਬੇਟੀ ਆ, ਬੇਟਾ ਜੀ, ਮੇਰੇ ਦੋਸਤ ਹੈ, ਸਾਰਾ ਪਰਿਵਾਰ ਹੀ ਅਸੀਂ ਇੱਥੇ ਪਹੁੰਚੇ। ਦੇਖਣਾ ਤੁਸੀਂ, ਆਪਾਂ ਬੇਨਤੀ ਕਰ ਸਕਦੇ ਹਾਂ ਕਿ ਆਪਣੇ ਲਾਈਕ ਜਿਹੜੇ ਪਿੰਡਾਂ ਦੇ ਜਿਹੜੇ ਆਪਣੇ ਲੋਕ ਨੇ, ਤੁਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹੋ, ਮਲੋਟ ਵਾਸੀਆਂ ਨੂੰ ਕਹਿ ਸਕਦੇ ਹੋ, ਕਿਉਂਕਿ ਆਪਣੇ ਕੋਲ ਤਾਂ ਇਹੀ ਜਿਹੜੇ ਨੇ ਸੋਰਸ ਨੇ, ਹਨਾ, ਜਿਹਨਾਂ ਸੋਰਸ ਦੇ ਜ਼ਰੀਏ ਆਪਾਂ ਲੋਕਾਂ ਨੂੰ ਜਿਹੜੀ ਗੁਜ਼ਾਰਿਸ਼ ਕਰ ਸਕਦੇ ਹਾਂ। ਸੋ ਤੁਹਾਡੇ ਵੱਲੋਂ ਕੀ ਬਸ ਮੈਸੇਜ ਆ ਬਾਈ, ਇੱਕ ਰਿਕੁਐਸਟ ਵੀ ਹੈ, ਬੇਨਤੀ ਹੈ ਵੀ ਠੀਕ ਹੈ ਜੀ, ਬੱਚਿਆਂ ਦੇ ਇਗਜ਼ਾਮ ਚੱਲਦੇ ਆ, ਪਰ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਨੂੰ ਇੱਥੇ ਲੋਟ ਦਾਣਾ ਮੰਡੀ ਆ ਜੀ, ਅਤੇ ਸਾਰੇ ਪਿੰਡ ਵਾਸੀ, ਸ਼ਹਿਰ ਵਾਸੀ ਇੱਥੇ ਪਹੁੰਚਣ ਅਤੇ ਬੱਚੇ ਨੂੰ ਇੰਜੋਏ ਕਰਨ, ਬੜੇ ਵਧੀਆ ਝੂਲੇ ਵਗੈਰਾ, ਇੰਜੋਏਮੈਂਟ ਬਹੁਤ ਵਧੀਆ ਬਾਈ, ਸਾਨੂੰ ਬਹੁਤ ਖੁਸ਼ੀ ਹੋਈ ਹੈ। ਭਾਅ ਜੀ, ਆਪਾਂ ਗੱਲ ਕਰਾਂਗੇ ਕਿ ਪਹਿਲਾਂ ਨਾ ਜਦੋਂ ਇੱਥੇ ਇਸੇ ਜਗ੍ਹਾ 'ਤੇ ਮੇਲਾ ਲੱਗਿਆ ਸੀ, ਅਤੇ ਉਸ ਟਾਈਮ ਕੋਵਿਡ ਸੀ, ਹਰ ਕੋਈ ਬੰਦਾ ਪਰੇਸ਼ਾਨ ਸੀ ਕੋਵਿਡ ਦੇ ਪ੍ਰੋਬਲਮ ਦੇ ਕਰਕੇ, ਹਰ ਇੱਕ ਦੇ ਘਰ ਦੇ ਵਿੱਚ ਦਿੱਕਤ ਸੀ, ਹੁਣ ਕੋਈ ਪਰੇਸ਼ਾਨੀ ਨਹੀਂ ਆ, ਹਨਾ ਜੀ। ਤਾਂ ਹੁਣ ਆਪਾਂ ਖੁੱਲੇ ਡੁੱਲੇ ਸੁਭਾਅ ਦੇ ਨਾਲ ਆ ਸਕਦੇ ਹਾਂ, ਖੁੱਲੇ ਡੁੱਲੇ ਇੰਜੋਏਮੈਂਟ ਕਰ ਸਕਦੇ ਹਾਂ, ਖਾਸ ਕਰਕੇ ਬੱਚਿਆਂ ਦੇ ਲਈ, ਖਾਸ ਕਰਕੇ ਬੱਚਿਆਂ ਦੇ। ਅੱਜ ਕੱਲ੍ਹ ਕੀ ਆ ਕਿ ਖੇਡਾਂ ਦੇ ਵਿੱਚ ਵੀ ਬੱਚਾ ਉਹਨਾਂ ਨਹੀਂ ਪਾਰਟੀਸਪੇਟ ਕਰ ਪਾਉਂਦਾ ਕਿਉਂਕਿ ਗਰਾਊਂਡ ਬਹੁਤ ਛੋਟੇ ਨੇ, ਹਨਾ, ਜਾਂ ਪਹਿਲਾਂ ਜਿੰਨੀ ਮੋਬਾਈਲ ਦਾ ਜਿਵੇਂ ਜ਼ਮਾਨਾ ਹੈ, ਬੱਚੇ ਵੀ ਮੋਬਾਈਲਾਂ 'ਚ ਬੜੇ ਪਏ ਆ, ਤਾਂ ਉਹਨਾਂ ਵੀਰਾਂ ਲਈ ਜਿਨ੍ਹਾਂ ਦੇ ਬੱਚੇ ਛੋਟੇ ਨੇ ਆਉਣਾ ਚਾਹੁੰਦੇ ਨੇ। ਬਿਲਕੁਲ ਜੀ, ਮੈਂ ਦੁਬਾਰਾ ਫਿਰ ਉਹੀ ਗੱਲ ਰਿਪੀਟ ਹੋਊਗੀ ਜੀ, ਮੋਬਾਈਲ ਦੇ ਜ਼ਰੀਏ ਆਪਣੇ ਆਪ ਮਤਲਬ ਇੰਨੀ ਕਿੱਡੀ ਕਰਤੀ ਜ਼ਿੰਦਗੀ, ਪਰ ਕੁਛ ਪਲ ਇੱਥੇ ਆ ਕੇ ਬਾਈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਦੇ ਲਾ ਕੇ ਕਹਿੰਦਾ ਵੀ 2-3 ਘੰਟੇ ਹੋ ਗਏ ਮੋਬਾਈਲ ਵੱਲ ਮੈਂ ਧਿਆਨ ਵੀ ਨਹੀਂ ਦਿੱਤਾ, ਪਰ ਜੇ ਇੱਥੇ ਬੱਚੇ ਹੋਣਗੇ ਮੋਬਾਈਲ ਦਾ 7 ਘੰਟੇ ਇੰਜੋਏਮੈਂਟ ਕਰਨਗੇ,
ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਰਾਮ ਕੁਮਾਰ ਦੇ ਵੱਲੋਂ ਇੱਕ ਸੱਦਾ ਮਲੋਟ ਵਾਸੀਆਂ ਨੂੰ ਕਿ ਤੁਸੀਂ ਮਲੋਟ ਦੇ ਵਿੱਚ ਲੱਗੇ ਮੇਲੇ ਦੇ ਵਿੱਚ ਆਓ, ਫੈਮਿਲੀ ਨਾਲ ਆਓ। ਲਾਈਵ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਬੱਚੇ ਜਿਹੜਾ ਇੰਜੋਏ ਕਰ ਰਹੇ ਨੇ ਔਰ ਝੂਲੇ, ਖੇਡਾਂ ਦਾ ਸਮਾਨ ਨਾਲ ਲੇਡੀਜ਼ ਦੇ ਵਰਤਣ ਦੇ ਯੋਗ ਉਹਨਾਂ ਦੇ ਘਰ ਦੇ ਵਿੱਚ ਚੀਜ਼ਾਂ, ਖਾਸ ਕਰਕੇ ਰਸੋਈ ਦੇ ਨਾਲ ਉਹਨਾਂ ਦੇ ਜੁੜੀਆਂ ਚੀਜ਼ਾਂ ਤੁਸੀਂ ਇੱਥੇ ਖਰੀਦ ਸਕਦੇ ਹੋ ਔਰ ਖਾਣ ਪੀਣ ਦੇ ਲਈ ਇੱਥੇ ਬੜਾ ਕੁਛ ਹੈ, ਤੁਸੀਂ ਉਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਖਾ ਸਕਦੇ ਹੋ। ਤੇ ਇੱਕ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇਸ ਵੇਲੇ ਪੂਰੀ ਖੁਸ਼ੀ ਦੇ ਵਿੱਚ ਮਲੋਟ ਵਾਸੀ। ਸੋ ਮੈਂ ਇੱਕ ਵਾਰ ਫਿਰ ਤੋਂ ਗੱਲ ਕਰਨਾ ਚਾਹੂੰਗਾ ਵੀਰੇ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮਨਪ੍ਰੀਤ ਕੌਰ ਹੈ ਜੀ। ਕੀ ਕਹੋਗੇ ਜੀ ਮਲੋਟ ਵਾਸੀ? ਬਹੁਤ ਵਧੀਆ ਫੀਲ ਕਰ ਰਹੀ ਹਾਂ, ਜੋ ਕਿ ਅੱਜ ਮੈਂ ਪਹਿਲੀ ਵਾਰ ਮੈਰਿਜ ਤੋਂ ਬਾਅਦ ਆਪਣੇ ਹਸਬੈਂਡ ਦੇ ਨਾਲ ਆਪਣੇ ਬੱਚੇ ਦੇ ਨਾਲ ਪਹਿਲੀ ਵਾਰ ਟ੍ਰੇਡ ਤੇ ਮੈਂ ਲੱਗਿਆ। ਕਿਵੇਂ ਜੀ? ਬਹੁਤ ਹੀ ਵਧੀਆ ਲੱਗਿਆ, ਜੋ ਕਿ ਮਤਲਬ ਇੱਥੇ ਵਿੱਚ ਲੈ ਕੇ ਆਏ। ਫਸਟ ਟਾਈਮ ਮੈਂ ਮੇਲੇ ਦਾ ਇੰਜੋਏਮੈਂਟ ਕਰ ਰਹੀ ਹਾਂ, ਜੋ ਕਿ ਆ ਮੈਡਮ ਜੇ ਮੈਂ ਗਲਤ ਨਾ ਕਹਿ ਰਹਾ ਹਾਂ, ਕਈ ਵਾਰ ਆਪਾਂ ਜਿਵੇਂ ਲਾਈਵ ਆ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਲੋਕਾਂ ਦਾ ਕਹਿਣਾ ਬੜਾ ਕੁਛ ਹੁੰਦਾ, ਮੈਂ ਹਰੇਕ ਚਿਹਰੇ ਦੇ ਉੱਤੇ ਖੁਸ਼ੀ ਦੇਖਦਾ ਪਿਆ, ਖਿੜੇ ਚਿਹਰੇ ਦੇਖਦਾ ਪਿਆ। ਹਾਂਜੀ, ਬਹੁਤ ਸਭ ਮਤਲਬ ਇੰਜੋਏ ਕਰਦੇ, ਬਹੁਤ ਖੁਸ਼ ਹੁੰਦੇ ਆ ਮੇਲਾ ਵਗੈਰਾ ਦੇਖ ਕੇ। ਬੱਚੇ ਵੀ ਬਹੁਤ ਖੁਸ਼ ਹੁੰਦੇ ਆ, ਕਿਉਂਕਿ ਉਹਨਾਂ ਨੂੰ ਮਲਕੀਰਨ ਨੂੰ ਮਿਲਦਾ ਹੈਗਾ। ਬਹੁਤ ਵਧੀਆ ਫੀਲ ਕਰਦੇ ਆ ਬੱਚਿਆਂ ਨੂੰ, ਮਤਲਬ ਅਸੀਂ ਝੂਲੇ ਵਗੈਰਾ ਲਈਏ, ਜਿਹੜਾ ਬੱਚਿਆਂ ਨੂੰ ਹੋਰ ਕੀ ਚਾਹੀਦਾ ਹੁੰਦਾ। ਥੈਂਕ ਯੂ ਮੈਮ, ਥੈਂਕ ਯੂ। ਸੋ ਦੇਖੋ ਲਾਈਵ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਜਿਹੜਾ ਹੈ ਮਲੋਟ ਦੇ ਵਿੱਚ ਇਹ ਰੌਣਕ ਬਣੀ ਹੋਈ ਆ। ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਝੂਲੇ ਹੈ ਉਹਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵੇਲੇ, ਜਿਹੜੇ ਪਾਸੇ ਕੈਮਰਾਮੈਨ ਦਾ ਜਿਹੜਾ ਫੋਕਸ ਹੈ ਕੈਮਰੇ ਦਾ, ਤਾਂ ਤੁਸੀਂ ਇੱਕ ਪਾਸੇ ਦੇਖ ਸਕਦੇ ਹੋ ਇੱਥੇ ਭੂਤ ਬੰਗਲਾ ਵੀ ਹੈ। ਤਾਂ ਏਦਾਂ ਨਹੀਂ ਕਿ ਇਹ ਬੱਚਿਆਂ ਨੂੰ ਡਰਾਉਣ ਲਈ ਆ, ਬੱਚੇ ਇੱਥੇ ਬਹੁਤ ਇੰਜੋਏ ਕਰਦੇ ਆ। ਨਾਲ ਤੁਸੀਂ ਅਸੀਂ ਮੇਲੇ ਦੇ ਵਿੱਚ ਚੱਲ ਕੇ ਤੁਹਾਨੂੰ ਵਿਖਾ ਰਹੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ। ਹਰ ਕੋਈ ਜਿਹੜਾ ਵਿਅਕਤੀ ਹੈ ਉਹ ਅੱਜ ਆਪਣੀ ਫੈਮਿਲੀ ਦੇ ਨਾਲ ਪਹੁੰਚਿਆ ਹੋਇਆ। ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਇਹ ਮੇਲਾ ਹੈ ਔਰ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ ਇਹ ਮੇਲਾ ਮਲੋਟ ਦੇ ਵਿੱਚ ਲੱਗਾ ਹੈ, ਤੇ ਕੁਛ ਸਮਾਂ ਪਹਿਲਾਂ ਵੀ ਮਲੋਟ ਦੇ ਵਿੱਚ ਇਸੇ ਜਗ੍ਹਾ ਤੇ ਮੇਲਾ ਲੱਗਿਆ ਸੀ, ਬਟ ਉਸ ਟਾਈਮ ਥੋੜਾ ਪ੍ਰਕੋਪ ਸੀ ਆਪਣੇ ਕੋਵਿਡ ਦਾ, ਤਾਂ ਕੋਰੋਨਾ ਵੇਲੇ ਜਿਹੜਾ ਇਹ ਮੇਲਾ ਲਗਾਇਆ ਗਿਆ ਸੀ। ਇਸੇ ਗੱਲ ਦਾ ਕਰਕੇ ਕਿ ਮਲੋਟ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਫੈਮਿਲੀਜ਼ ਨੇ ਉਹ ਅਗਰ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਦੇ ਵਿੱਚ ਨੇ, ਕਿਉਂਕਿ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਸੀ ਜਿਹੜੇ ਦੁੱਖ ਦੇ ਵਿੱਚ ਸੀ, ਤਾਂ ਉਹਨਾਂ ਨੂੰ ਇੱਕ ਖੁਸ਼ਨੁਮਾ ਮਾਹੌਲ ਦੇਣ ਦੇ ਲਈ ਜਿਹੜਾ ਮੇਲਾ ਲਗਾਇਆ ਗਿਆ ਸੀ। ਸੋ ਅੱਜ ਜਿਹੜਾ ਹੈ ਜੇ ਆਪਾਂ ਗੱਲ ਕਰੀਏ ਤਾਂ ਸੁੱਖ ਸਾਂਦ ਹੈ ਹਰ ਇੱਕ ਤਰ੍ਹਾਂ ਦੇ ਨਾਲ ਜਿਹੜਾ ਹੈ। ਤਾਂ ਹੁਣ ਜਿਹੜਾ ਦੁਬਾਰਾ ਮੇਲਾ ਲਗਾਇਆ ਗਿਆ ਤਾਂ ਮਲੋਟ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਸੱਦਾ ਹੈ ਉਹ ਦਿੱਤਾ ਗਿਆ ਹੈ ਕਿ ਤੁਸੀਂ ਮੇਲੇ ਦੇ ਵਿੱਚ ਆਓ, ਇੰਜੋਏ ਕਰੋ, ਆਪਣੀ ਫੈਮਿਲੀ ਨਾਲ ਆਓ, ਮਜ਼ੇ ਕਰੋ। ਸੋ ਲਾਈਵ ਤੁਸੀਂ ਇਸ ਵੇਲੇ ਦੇਖ ਰਹੇ ਹੋ ਮਲੋਟ ਦੇ ਵਿੱਚ ਜੋ ਟ੍ਰੇਡ ਫੇਅਰ ਲੱਗਿਆ ਹੈ। ਵੱਡੀ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ, ਜੇ ਤੁਸੀਂ ਅੱਜ ਦਾ ਦਿਨ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਟਿਕਟ ਨਹੀਂ ਇੱਥੇ ਪੇ ਕਰਨੀ ਪਊਗੀ, ਜਿਹੜਾ ਟਿਕਟ ਫ੍ਰੀ ਹੈ ਅੱਜ ਦਾ ਦਿਨ। ਸੋ
ਅਦਰਵਾਈਜ਼ ਜੇ ਤੁਸੀਂ ਜਿਵੇਂ ਤੁਸੀਂ ਗੇਮਸ ਦੇਖ ਰਹੇ ਹੋ ਇਸ ਵੇਲੇ ਤਾਂ ਗੇਮਸ ਅਗਰ ਤੁਸੀਂ ਖੇਡਦੇ ਹੋ ਜਾਂ ਝੂਲੇ ਤੁਸੀਂ ਇੰਜੋਏ ਕਰਦੇ ਹੋ ਜਾਂ ਕੁਛ ਖਾਣ ਪੀਣ ਦੀ ਕੋਈ ਵਸਤ ਲੈਂਦੇ ਹੋ ਜਾਂ ਇੱਥੇ ਕੋਈ ਖਰੀਦਦਾਰੀ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਹੈ ਉਹ ਪੇ ਕਰਨਾ ਪਏਗਾ। ਇਸ ਤੋਂ ਇਲਾਵਾ ਮੈਡਮ ਹੈਪੀ ਸਿੰਗਲਾ ਜੀ ਜੋ ਆਰਗਨਾਈਜ਼ਰ ਨੇ, ਔਰ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦਾ, ਇਹ ਮਲੋਟ ਤੋਂ ਹੀ ਨੇ, ਮਲੋਟ ਦੀ ਧੀ ਨੇ, ਔਰ ਜਿਹੜਾ ਹੈ ਉਹਨਾਂ ਨੇ ਤੁਹਾਨੂੰ ਗੁਜ਼ਾਰਿਸ਼ ਵੀ ਕੀਤੀ ਹੈ ਕਿ ਮਲੋਟ ਦੀ ਧੀ ਨੇ ਜਿਹੜਾ ਤੁਹਾਡੇ ਆਪਣੇ ਮਲੋਟ ਪਰਿਵਾਰ ਦੇ ਲਈ ਜਿਹੜਾ ਮੇਲਾ ਲਗਾਇਆ ਹੈ ਤਾਂ ਉਹਨਾਂ ਦਾ ਇਹ ਮਨ ਹੈ ਕਿ ਉਹਨਾਂ ਨੂੰ ਜਿਹੜਾ ਆਸ਼ੀਰਵਾਦ ਦੇ ਤੌਰ ਤੇ ਜਿਹੜਾ ਹੈ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਨਾਲ ਜਿਹੜਾ ਹੈ ਇਹ ਮੇਲਾ ਲੱਗਿਆ ਹੈ, ਕਿਵੇਂ ਤੁਸੀਂ ਦੱਸੋਗੇ। ਵੀਡੀਓ ਨੂੰ ਵੀ ਸ਼ੇਅਰ ਕਰ ਸਕਦੇ ਹੋ ਆਪਣੀ ਫੈਮਿਲੀ ਨਾਲ, ਜੇ ਮੇਲੇ ਦੇ ਵਿੱਚ ਆਓਗੇ ਤਾਂ ਉਹਨਾਂ ਨੂੰ ਵੀ ਉਤਸ਼ਾਹ ਮਿਲੇਗਾ ਕਿ ਮੈਂ ਆਪਣੇ ਮਲੋਟ ਸ਼ਹਿਰ ਦੇ ਵਿੱਚ ਮੇਲਾ ਲਗਾਇਆ ਸੀ ਤਾਂ ਮੈਨੂੰ ਇੱਥੋਂ ਕਿੰਨਾ ਜਿਹੜਾ ਮਲੋਟ ਵਾਸੀਆਂ ਦਾ ਸਹਿਯੋਗ ਮਿਲਿਆ ਸੀ। ਸੋ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਬੇਨਤੀ ਹੋਰ ਵੀ ਕੀਤੀ ਆ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇੱਥੇ ਕੋਈ ਸਟਾਲ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਵੱਲੋਂ ਜਿਹੜਾ ਵੈਲਕਮ ਹੈ ਤਾਂ ਤੁਸੀਂ ਕੰਟੈਕਟ ਨੰਬਰ ਜੋ ਹੈ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਸੀਂ ਜੇ ਦੇਖਿਆ ਹੈ ਤਾਂ ਉਹਨਾਂ ਨੇ ਕੰਟੈਕਟ ਨੰਬਰ ਬੋਲੇ ਨੇ, ਮੈਂ ਇੱਦਾਂ ਵੀ ਕਿਹਾ ਸੀ ਕਿ ਅਸੀਂ ਨੂੰ ਕਮੈਂਟ ਦੇ ਵਿੱਚ ਪਿੰਨ ਕਰ ਦੇਵਾਂਗੇ। ਸੋ ਫਿਰ ਤੋਂ ਮਲੋਟ ਲਾਈਵ ਦੇ ਵੱਲੋਂ, ਰਾਮ ਕੁਮਾਰ ਦੇ ਵੱਲੋਂ ਤੁਹਾਨੂੰ ਗੁਜ਼ਾਰਿਸ਼, ਵੀਡੀਓ ਨੂੰ ਸ਼ੇਅਰ ਕਰਿਓ। ਸੋ ਮਿਲਦੇ ਹਾਂ ਦੁਬਾਰਾ ਨਵੀਂ ਅਪਡੇਟ ਦੇ ਨਾਲ, ਧੰਨਵਾਦ।